ਸਾਰੀ ਦੁਨੀਆ ਦੇ ਮਨ ਦੇ ਉੱਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ, ਡਰ ਦਾ ਮਾਹੌਲ ਬਣਿਆ ਹੋਇਆ, ਭੈ ਦਾ ਮਾਹੌਲ ਬਣਿਆ ਹੋਇਆ। ਅਜੇ ਤੱਕ ਇਸ ਬਿਮਾਰੀ ਦਾ ਕੋਈ ਹੱਲ, ਕੋਈ ਇਲਾਜ ਨਹੀਂ ਮਿਲ ਸਕਿਆ ਅਤੇ ਓਨੀ ਦੇਰ ਤੱਕ ਅਸੀਂ ਸਿਰਫ ਅਤੇ ਸਿਰਫ ਆਪਣੇ ਆਪ ਨੂੰ ਜਾਣਕਾਰੀ ਔਰ ਪਰਹੇਜ਼ ਰੱਖ ਕੇ ਹੀ ਮਹਿਫੂਜ਼ ਕਰ ਸਕਦੇ ਹਾਂ। ਸੋ ਇਸ ਵਾਸਤੇ ਸਾਨੂੰ ਆਪਸ ਵਿੱਚ ਵਿੱਥ ਬਣਾ ਕੇ ਰੱਖਣ ਦੀ ਜ਼ਰੂਰਤ ਹੈ, ਇਹ ਸਮੇਂ ਦੀ ਲੋੜ ਬਣ ਚੁੱਕੀ ਹੈ। ਇਸੇ ਸਮੇਂ ਦੌਰਾਨ ਹੀ ਮੇਰੇ ਦੋਸਤ ਅਰਸ਼ਦ ਚੌਧਰੀ ਹੋਰਾਂ ਨੇ ਪਿਛਲੇ 14 ਦਿਨਾਂ ਤੋਂ ਇੱਕ ਕੈਂਪੇਨ ਚਲਾਇਆ। ਉਹਦੇ ਵਿੱਚ ਉਹਨਾਂ ਨੇ ਸਾਡੇ ਸ਼ਹਿਰ ਦੇ ਡਾਕਟਰਾਂ, ਮਾਹਰਾਂ, ਵਿਗਿਆਨੀਆਂ, ਪੱਤਰਕਾਰਾਂ ਨੂੰ, ਵਿਦਵਾਨਾਂ ਨੂੰ, ਇਹਨਾਂ ਸਾਰਿਆਂ ਨੂੰ ਲਿਆ ਕੇ 14 ਦਿਨਾਂ ਦਾ ਇੱਕ ਕੈਂਪੇਨ ਸੀ, ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜੇ 14 ਦਿਨ ਅੰਦਰ ਰਹਿਣਾ ਪੈ ਜੇ ਤਾਂ ਉਹ ਰੋਜ਼ ਦੇ 2 ਸੰਦੇਸ਼ ਆਪਣੇ ਮੀਡੀਆ ਦੇ ਜ਼ਰੀਏ ਉਹਨਾਂ ਨੇ ਸਾਂਝੇ ਕੀਤੇ। ਚੰਗੇ ਚੰਗੇ ਲੋਕਾਂ ਨੂੰ ਬੁਲਾਇਆ, ਉਹਨਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ, ਔਰ ਇਹ ਸਾਨੂੰ ਦੱਸਿਆ ਗਿਆ, ਇਹ ਸਮਝਾਇਆ ਗਿਆ ਕਿ 14 ਦਿਨਾਂ ਦਾ ਇਹ ਸਮਾਂ ਕਿਵੇਂ ਕੱਢਿਆ ਜਾ ਸਕਦਾ ਹੈ। ਸਾਰਿਆਂ ਨੇ ਇਹਦੇ ਵਿੱਚ ਰਾਏ ਦਿੱਤੀ, ਤੁਸੀਂ ਇਹ ਸਾਰੇ ਵੀਡੀਓ ਦੇਖੇ ਨੇ, ਮਕਬੂਲ ਵੀ ਹੋਏ ਨੇ ਔਰ ਇਹਨਾਂ ਨੂੰ ਕਾਫੀ ਪ੍ਰਸ਼ੰਸਾ ਵੀ ਮਿਲੀ ਹੈ। ਮੈਂ ਧੰਨਵਾਦੀ ਆਪਣੇ ਦੋਸਤ ਅਰਸ਼ਦ ਚੌਧਰੀ ਹੋਣਾ ਦਾ। ਨਾ ਤਾਂ ਇਹ ਕੋਈ ਕਿਸੇ ਸੰਸਥਾ ਨਾਲ ਜੁੜੇ ਹੋਏ ਨੇ, ਨਾ ਕੋਈ ਸਿਆਸੀ ਵਿਅਕਤੀ ਨੇ, ਨਾ ਇਹ ਕੋਈ ਸਮੇਂ ਦਾ ਲਾਹਾ ਕੱਢ ਸਕਦੇ ਨੇ। ਔਰ ਵੱਡੀ ਗੱਲ ਹੈ, ਜੇ ਉਹ ਕੈਮਰਾਮੈਨ ਵਾਲਾ ਕੰਮ ਕਰਦੇ ਨੇ ਤਾਂ ਇਹਦੇ ਵਿੱਚ ਕੋਈ ਮੁਨਾਫਾ ਨਹੀਂ ਹੈ, ਪਰ ਅਸਲ ਵਿੱਚ ਮੁਨਾਫਾ ਇਹ ਹੈ ਕਿ ਉਹਨਾਂ ਦਾ ਇਹ ਸੰਸਾਰ ਵੱਸਦਾ ਰਹੇ, ਖੁਸ਼ਹਾਲੀ ਭਰਪੂਰ ਰਹੇ, ਤੰਦਰੁਸਤ ਰਹੇ। ਇਸੇ ਨੂੰ ਅੱਗੇ ਵਧਾਉਣ ਲਈ ਉਹਨਾਂ ਨੇ ਇਹ ਸੰਦੇਸ਼ ਤੁਹਾਡੇ ਨਾਲ ਸਾਂਝੇ ਕੀਤੇ ਨੇ, ਕਿਉਂਕਿ ਜੇ ਸੰਸਾਰ ਹੱਸਦਾ ਭਰਦਾ ਆਲੇ ਦੁਆਲੇ ਖੁਸ਼ੀਆਂ ਖੇੜਿਆਂ ਵਾਲਾ ਹੋਏਗਾ ਤਾਂ ਅਰਸ਼ਦ ਚੌਧਰੀ ਦੇ ਵਿਹੜੇ ਵਿੱਚ ਵੀ ਖੁਸ਼ੀਆਂ ਹੋਣਗੀਆਂ। ਸੋ ਉਹਨਾਂ ਦੇ ਵਿਹੜੇ ਦੀਆਂ ਖੁਸ਼ੀਆਂ, ਮੇਰੇ ਵਿਹੜੇ ਦੀਆਂ ਖੁਸ਼ੀਆਂ, ਸਾਡੇ ਸਾਰਿਆਂ ਦੇ ਵਿਹੜੇ ਦੀਆਂ ਖੁਸ਼ੀਆਂ ਸਿਰਫ ਤਾਂ ਹੀ ਹੋਣਗੀਆਂ ਜੇ ਸਮੂਹ ਸੰਸਾਰ ਸਿਹਤਮੰਦ ਹੋਏਗਾ ਅਤੇ ਇਸ ਤ੍ਰਾਸਦੀ ਦੇ ਵਿੱਚੋਂ ਨਿਕਲ ਜਾਏਗਾ। ਅੱਜ 1 ਅਪ੍ਰੈਲ ਹੈ, ਅਸੀਂ ਆਪਣੀ ਇਸ ਮੁਹਿੰਮ ਨੂੰ ਅੱਜ ਸਮਾਪਤ ਕਰਦੇ ਹਾਂ, ਪਰ ਇਹਦੇ ਨਾਲ ਸਾਡਾ ਸੰਕਟ ਅਜੇ ਟਲਿਆ ਨਹੀਂ। ਸਾਡੇ ਉੱਤੇ ਇਹ ਕਹਿਰ ਅਜੇ ਵੀ ਉਨਾ ਹੀ ਭਰਪੂਰ ਬਲਸ਼ਾਲੀ ਰੂਪ ਦੇ ਵਿੱਚ ਛਾਇਆ ਹੋਇਆ ਹੈ। ਇਹਦੇ ਵਿੱਚੋਂ ਅਸੀਂ ਕਦੋਂ ਲੰਘਾਂਗੇ ਇਹਦਾ ਪਤਾ ਨਹੀਂ, ਪਰ ਕਿਵੇਂ ਲੰਘਾਂਗੇ ਇਹ ਪਿਛਲੇ 14 ਦਿਨਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਅਤੇ ਇਹਨਾਂ 14 ਦਿਨਾਂ ਦੀ ਸਿੱਖਿਆ ਨੂੰ ਜਦੋਂ ਤੱਕ ਇਹ ਮਹਾਂਮਾਰੀ ਸਾਡਾ ਖਹਿੜਾ ਨਹੀਂ ਛੱਡਦੀ ਆਪਣੇ ਉੱਤੇ ਲਾਗੂ ਰੱਖਣਾ। ਮੇਰੀ ਗੱਲਬਾਤ ਸੁਣਨ ਲਈ ਬਹੁਤ ਬਹੁਤ ਧੰਨਵਾਦ।